ਸਾਡੇ ਅੱਜ ਇਲੈਕਸ਼ਨ ਦੌਰਾਨ ਸਾਡਾ ਬਹੁਤ ਸੋਹਣਾ ਨੌਜਵਾਨ ਜਿਹੜਾ ਸਰਪੰਚ ਦਾ ਸਾਡੇ ਏਰੀਆ ਸਾਡੀ ਵਾਈਫ ਸਰਪੰਚ ਹੈ। ਆਮ ਆਦਮੀ ਪਾਰਟੀ ਵਾਲਿਆਂ ਨੇ ਨਸ਼ਈ ਬੰਦਿਆਂ ਨੇ ਉਹਨਾਂ ਦੀ ਮਦਰ ਸਰਪੰਚ ਹੈ ਤਾਂ ਸਾਡੇ ਬੰਦੇ ਦੇ ਅੱਜ ਉਹਨਾਂ ਨੇ ਸਿਰ 'ਚ ਸੱਟਾਂ ਮਾਰੀਆਂ, ਇਹਦੇ 7 ਕੰਖੇ ਲੱਗੇ ਹੈ। ਜਾਨ ਨੂੰ ਖਤਰਾ ਬਣ ਗਿਆ ਸੀ ਕਿਉਂਕਿ ਸਿੱਧੀ ਸਿਰ 'ਚ ਸੱਟ ਮਾਰੀ ਹੈ ਅਤੇ ਬਾਕੀ ਹੋਰ ਵੀ ਬਹੁਤ ਸੱਟਾਂ ਵੱਜੀਆਂ। ਇਹ ਆਮ ਆਦਮੀ ਵਾਲਿਆਂ ਦੀ ਕਰਤੂਤ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਉਹਨਾਂ ਬੰਦਿਆਂ ਨੂੰ ਚੱਕ ਕੇ ਅੰਦਰ ਕਰੋ, 307 ਦਾ ਪਰਚਾ ਹੋਣਾ ਚਾਹੀਦਾ, ਨਹੀਂ ਫਿਰ ਸਾਨੂੰ ਸੰਘਰਸ਼ ਕਰਨਾ ਪਏਗਾ। ਅਸੀਂ ਮੈਂ ਤੁਰੰਤ ਆਪਣੇ ਬੰਦੇ ਕੋਲ ਆ ਗਿਆ ਕਿ ਅਸੀਂ ਇਹਦੇ ਨਾਲ ਹੀ ਨਹੀਂ ਹਰ ਵਰਕਰ ਦੇ ਨਾਲ ਖੜ੍ਹੇ ਹਾਂ, ਆ ਤਕੜੇ ਹੋ ਕੇ ਖੜ੍ਹਾਂਗੇ। ਇਹਨਾਂ ਦੀ ਪੂਰੀ ਲੜਾਈ ਹੈ ਜਿਹੜੀ ਉਹ ਸਾਡੇ MLA ਸਾਹਿਬ ਅਤੇ ਮੈਂ ਅਤੇ ਸਾਡੇ ਸਾਰੇ ਲੀਡਰ ਅਤੇ ਵਰਕਰ ਕਰਨਗੇ। ਜਿੱਥੇ ਵੀ ਆਮ ਆਦਮੀ ਧੱਕਾ ਕਰੇਗੀ ਕਿਤੇ ਵੀ ਕਿਸੇ ਵਰਕਰ ਦੇ ਨਾਲ, ਤਾਂ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਲੜਨਾ ਅਤੇ ਉਹ ਜਵਾਬ ਦੇਣਾ। ਮੈਂ ਫਿਰ ਪੁਲਿਸ ਨੂੰ ਕਹਿਣਾ ਕਿ ਇਹਦਾ ਜਿਹੜਾ ਬਣਦਾ ਪਰਚਾ ਦਰਜ ਕਰਕੇ ਉਹ ਬੰਦਿਆਂ ਨੂੰ ਫੜੋ, ਨਹੀਂ ਐਸੀ ਇਲੈਕਸ਼ਨ ਸਾਡੀ ਖਤਮ ਹੋ ਗਈ, ਅਸੀਂ ਵਿਹਲੇ ਹਾਂ, ਹੁਣ ਤੁਹਾਡੇ ਦੁਆਲੇ ਹੋਣਾ ਹੈ। ਅਤੇ ਸਾਡੇ ਅੱਜ ਇਲੈਕਸ਼ਨ ਦੌਰਾਨ ਸਾਡਾ ਬਹੁਤ ਸੋਹਣਾ ਨੌਜਵਾਨ ਜਿਹੜਾ ਸਰਪੰਚ ਦਾ ਹੈ, ਸਾਡੇ ਏਰੀਆ ਸਾਡੀ ਵਾਈਫ ਸਰਪੰਚ ਹੈ। ਆਮ ਆਦਮੀ ਪਾਰਟੀ ਵਾਲਿਆਂ ਨੇ ਨਸ਼ਈ ਬੰਦਿਆਂ ਨੇ ਉਹਨਾਂ ਦੀ ਮਦਰ ਸਰਪੰਚ ਹੈ ਤਾਂ ਸਾਡੇ ਬੰਦੇ ਦੇ ਅੱਜ ਉਹਨਾਂ ਨੇ ਸਿਰ 'ਚ ਸੱਟਾਂ ਮਾਰੀਆਂ, ਇਹਦੇ 7 ਕੰਖੇ ਲੱਗੇ ਹੈ। ਜਾਨ ਨੂੰ ਖਤਰਾ ਬਣ ਗਿਆ ਸੀ ਕਿਉਂਕਿ ਸਿੱਧੀ ਸਿਰ 'ਚ ਸੱਟ ਮਾਰੀ ਹੈ ਅਤੇ ਬਾਕੀ ਹੋਰ ਵੀ ਬਹੁਤ ਸੱਟਾਂ ਵੱਜੀਆਂ। ਇਹ ਆਮ ਆਦਮੀ ਵਾਲਿਆਂ ਦੀ ਕਰਤੂਤ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਉਹਨਾਂ ਬੰਦਿਆਂ ਨੂੰ ਚੱਕ ਕੇ ਅੰਦਰ ਕਰੋ, 307 ਦਾ ਪਰਚਾ ਹੋਣਾ ਚਾਹੀਦਾ, ਨਹੀਂ ਫਿਰ ਸਾਨੂੰ ਸੰਘਰਸ਼ ਕਰਨਾ ਪਏਗਾ। ਅਸੀਂ ਮੈਂ ਤੁਰੰਤ ਆਪਣੇ ਬੰਦੇ ਕੋਲ ਆ ਗਿਆ ਕਿ ਅਸੀਂ ਇਹਦੇ ਨਾਲ ਹੀ ਨਹੀਂ ਹਰ ਵਰਕਰ ਦੇ ਨਾਲ ਖੜ੍ਹੇ ਹਾਂ, ਆ ਤਕੜੇ ਹੋ ਕੇ ਖੜ੍ਹਾਂਗੇ। ਇਹਨਾਂ ਦੀ ਪੂਰੀ ਲੜਾਈ ਹੈ ਜਿਹੜੀ ਉਹ ਸਾਡੇ MLA ਸਾਹਿਬ ਅਤੇ ਮੈਂ ਅਤੇ ਸਾਡੇ ਸਾਰੇ ਲੀਡਰ ਅਤੇ ਵਰਕਰ ਕਰਨਗੇ। ਜਿੱਥੇ ਵੀ ਆਮ ਆਦਮੀ ਧੱਕਾ ਕਰੇਗੀ ਕਿਤੇ ਵੀ ਕਿਸੇ ਵਰਕਰ ਦੇ ਨਾਲ, ਤਾਂ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਲੜਨਾ ਅਤੇ ਉਹ ਜਵਾਬ ਦੇਣਾ। ਮੈਂ ਫਿਰ ਪੁਲਿਸ ਨੂੰ ਕਹਿਣਾ ਕਿ ਇਹਦਾ ਜਿਹੜਾ ਬਣਦਾ ਪਰਚਾ ਦਰਜ ਕਰਕੇ ਉਹ ਬੰਦਿਆਂ ਨੂੰ ਫੜੋ, ਨਹੀਂ ਐਸੀ ਇਲੈਕਸ਼ਨ ਸਾਡੀ ਖਤਮ ਹੋ ਗਈ, ਅਸੀਂ ਵਿਹਲੇ ਹਾਂ, ਹੁਣ ਤੁਹਾਡੇ ਦੁਆਲੇ ਹੋਣਾ ਹੈ।